ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ YouTube ਚੈਨਲ ਟਰੈਕਟਰ ਬਾਜ਼ਾਰ 2 ਦੇ ਉੱਪਰ ਸਭ ਤੋਂ ਪਹਿਲਾਂ ਤਾਂ ਜਿੰਨੇ ਵੀਰ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਨੇ ਨਵੇਂ ਆਏ ਨੇ ਚੈਨਲ ਨੂੰ ਕਿਰਪਾ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਸਬਸਕ੍ਰਾਈਬ ਆ ਜਿਹੜਾ ਚੈਨਲ ਨੂੰ ਤੁਸੀਂ ਜਰੂਰ ਕਰਕੇ ਜਾਇਓ ਲਾਲ ਰੰਗ ਦਾ ਜਿਹੜਾ ਸਬਸਕ੍ਰਾਈਬ ਦਾ ਬਟਨ ਆ ਤੁਹਾਨੂੰ ਥੱਲੇ ਸ਼ੋ ਹੁੰਦਾ ਪਿਆ ਹੋ ਉਹਨੂੰ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਸੈੱਟ ਜਰੂਰ ਕਰਿਓ ਤਾਂ ਕਿ ਜਦੋਂ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਪਤਾ ਲੱਗ ਜਾਏ ਤੁਸੀਂ ਸਾਡੀ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਵੇਖ ਸਕੋ ਤੇ ਅੱਜ ਜਿਹੜਾ ਆਪਾਂ ਟਰੈਕਟਰ ਲੈ ਕੇ ਆ ਚੁੱਕੇ ਹਾਂ ਜੀ ਉਹ ਹੈਗਾ ਸਵਰਾਜ 855 ਸਵਰਾਜ 855 ਟਰੈਕਟਰ ਆ ਜੀ ਵੇਖ ਸਕਦੇ ਹੋ ਇੰਨਾ ਕੁ ਵਧੀਆ ਤੇ ਸੋਹਣਾ ਟਰੈਕਟਰ ਆ 15 ਮਾਡਲ 15 ਮਾਡਲ ਦੇ ਵਿੱਚ ਆ ਜੀ ਫਰਸਟ ਓਨਰ ਦੇ ਨਾਮ ਦੀ ਮਗਲੇ ਟਾਇਰ オリジナル ਨੇ ਫਰੰਟ ਟਾਇਰ ਨਿਊ ਨੇ ਤੇ ਬਾਕੀ ਤੁਸੀਂ ਹਾਲਤ ਵਗੈਰਾ ਵੇਖ ਹੀ ਸਕਦੇ ਹੋ ਟਰੈਕਟਰ ਦੀ ਪੰਜਾਬ ਨੰਬਰ ਤੇ ਡਿਮਾਂਡ ਹੈਗੀ ਆ 515000 ਰੁਪਇਆ ਫਰੀਦਕੋਟ ਏਰੀਆ ਵਿਖੇ ਜਿਹੜਾ ਟਰੈਕਟਰ ਖੜਾ ਹੋਇਆ ਪਾਵਰ ਸਟੀਅਰਿੰਗ ਆ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਮਾਲਕਾਂ ਦੇ ਨੰਬਰ ਥੱਲੇ ਨੇ ਫੋਨ ਲਾ ਕੇ ਸੌਦਾ ਜਿਹੜਾ ਤੁਸੀਂ ਕਰ ਸਕਦੇ ਹੋ ਟਰੈਕਟਰ ਦਾ ਬਾਕੀ ਹਾਲਤ ਵਗੈਰਾ ਪੂਰੀ ਚੰਗੀ ਆ ਕੰਮ ਕੋਈ ਨਹੀਂ ਭਾਲਦਾਗਾ ਤੇ ਅੱਗੇ ਆ ਜਾਂਦਾ ਜੀ ਸੋਨਾਲੀਕਾ 60 ਸੋਨਾਲੀਕਾ 60 ਮਾਡਲ ਦੀ ਗੱਲਬਾਤ ਕਰੀਏ 2013 ਮਾਡਲ ਆ ਟਰੈਕਟਰ ਪੂਰਾ オリジナル ਆ ਨਕੋਦਰ ਏਰੀਆ ਵਿਖੇ ਜਿਹੜਾ ਟਰੈਕਟਰ ਖੜਾ ਹੋਇਆ ਇਹ ਹਾਲਤ ਵਗੈਰਾ ਚੰਗੀ ਆ ਮਾਲਕ ਵੀਰਾਂ ਵੱਲੋਂ ਪੂਰੀ ਗਰੰਟੀ ਟਰੈਕਟਰ ਦੀ ਜਿਹੜੀ ਦਿੱਤੀ ਜਾ ਰਹੀ ਆ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 13 ਮਾਡਲ ਟਰੈਕਟਰ ਬਹੁਤ ਹੀ ਜ਼ਿਆਦਾ ਚੰਗੀ ਹਾਲਤ ਦੇ ਵਿੱਚ ਸੋਹਣੀ ਲੁੱਕ ਦੇ ਵਿੱਚ ਜਿਹੜਾ ਟਰੈਕਟਰ ਪਿਆ ਹੋਇਆ ਮਾਲਕ ਵੀਰਾਂ ਵੱਲੋਂ ਬਕਾਊ ਕੀਤਾ ਗਿਆ ਜੀ ਹਾਲਤ ਵਗੈਰਾ ਆਲ ਓਕੇ ਆ ਕੰਮ ਕੋਈ ਨਹੀਂ ਭਾਲਦਾ ਜਦੋਂ ਮਰਜ਼ੀ ਜਾ ਕੇ ਚੈੱਕ ਕਰਕੇ ਸੌਦਾ ਜਿਹੜਾ ਟਰੈਕਟਰ ਦਾ ਮਾਰ ਸਕਦੇ ਆ ਜੀ ਮਾਲਕਾਂ ਨੇ ਨੰਬਰ ਥੱਲੇ ਨੇ ਤੇ ਇੱਕ ਮੇਰਾ ਵੀਰ ਜਿੰਨਾ ਵੀਰਾਂ ਨੇ ਵੀ ਖਰੀਦਣਾ ਹੋਵੇ ਮਾਲਕਾਂ ਨੇ ਨੰਬਰਾਂ ਤੇ ਫੋਨ ਕਰਿਆ ਕਰੋ ਸਾਡੇ ਨੰਬਰ ਤੇ ਮੇਰਾ ਵੀਰ ਬੇਨਤੀ ਆ ਕਿ ਨਾ ਕਰਿਆ ਕਰੋ ਠੀਕ ਹੈ ਜੀ ਮਾਲਕਾਂ ਨੇ ਨੰਬਰ ਹਰ ਇੱਕ ਟਰੈਕਟਰ ਦੇ ਦਿੱਤੇ ਹੁੰਦੇ ਨੇ ਜਿਹੜੇ ਟਰੈਕਟਰ ਤੇ ਨੰਬਰ ਨਹੀਂ ਹੈਗਾ ਉਹ ਲਗਭਗ ਕਈ ਕਿਈ ਵਾਰ ਤਾਂ ਸੇਲ ਹੋ ਜਾਂਦਾ ਜੀ ਉਹ ਸੇਲ ਹੋ ਜਾਂਦਾ ਵੀਡੀਓ ਬਣਾਉਂਦੇ ਸਮੇਂ ਕਿਉਂਕਿ ਸਾਨੂੰ ਫੋਟੋਆਂ ਆਈਆਂ ਨੂੰ ਘਟੋ ਘਟ 15 20 ਦਿਨ ਕਈ ਕਿਈ ਬਾਰੀ ਮਹੀਨਾ ਮਹੀਨਾ ਵੀ ਲੱਗ ਜਾਂਦਾ ਵਾ ਮਹੀਨੇ ਮਹੀਨੇ ਬਾਅਦ ਵੀਡੀਓ ਪੈਂਦੀ ਆ ਠੀਕ ਹੈ ਨਾ ਟਾਈਮ ਲੱਗ ਗਿਆ ਹੁੰਦਾ ਹੁੰਦਾ ਸੋ ਕਈ ਕਿਈ ਵਾਰ ਟਰੈਕਟਰ ਸੇਲ ਵੀ ਹੋ ਜਾਂਦਾ ਤਾਂ ਨੰਬਰ ਨਹੀਂ ਪਾਇਆ ਹੁੰਦਾ ਤੇ ਅੱਗੇ ਜਾ ਕੇ ਆਪਣੇ ਕੋਲੇ ਸੇਲ ਦੇ ਵਿੱਚ ਆ ਜਾਂਦਾ ਜੀ ਅਰਜਨ ਅਰਜਨ 555 ਟਰੈਕਟਰ ਆ ਜੀ ਵੇਖ ਸਕਦੇ ਹੋ 2011 ਮਾਡਲ ਦਾ ਟਰੈਕਟਰ ਇੰਨਾ ਕੋ ਸਾਫ ਤੇ ਵਧੀਆ ਤੇ ਸੋਹਣਾ ਟਰੈਕਟਰ ਆ ਵੇਖ ਸਕਦੇ ਹੋ ਬਹੁਤ ਹੀ ਜਿਆਦਾ ਚੰਗਾ ਪਿਆ ਹੋਇਆ ਬਹੁਤ ਹੀ ਜਿਆਦਾ ਚੰਗਾ ਪਿਆ ਹੋਇਆ ਵਾ ਹਾਲਤ ਵਗੈਰਾ ਤੁਸੀਂ ਬਾਕੀ ਟਰੈਕਟਰ ਦੀ ਜਿਹੜੀ ਵੇਖ ਹੀ ਸਕਦੇ ਹੋ ਮਾਲਕ ਵੀਰਾਂ ਵੱਲੋਂ ਗਾਰੰਟੀ ਤਸੱਲੀ ਹੈ ਜਿਹੜੀ ਉਹ ਪੂਰੀ ਦਿੱਤੀ ਜਾ ਰਹੀ ਆ ਮੌਕੇ ਦੇ ਉੱਤੇ ਘੱਟ ਕੀਤਾ ਜਾਊਗਾ ਮਾਲਕਾਂ ਦੇ ਨੰਬਰ ਥੱਲੇ ਨੇ ਮੋਗਾ ਏਰੀਆ ਜੀ 3.5 ਲੱਖ ਰੁਪਈਆ 11 ਮਾਡਲ ਦਾ ਰੇਟ ਕਰਦੇ ਪਏ ਨੇ 3.5 ਲੱਖ ਰੁਪਈਆ 11 ਮਾਡਲ ਦਾ ਜਿਹੜਾ ਰੇਟ ਕਰਦੇ ਪਏ ਨੇ ਮਾਲਕਾਂ ਦੇ ਨੰਬਰ ਨੇ ਜਿਹੜੇ ਉਹ ਥੱਲੇ ਨੇ ਬਾਕੀ ਮਾਲਕ ਵੀਰਾਂ ਵੱਲੋਂ ਗਾਰੰਟੀ ਆ ਟਰੈਕਟਰ ਦੀ ਉਹ ਪੂਰੀ ਦਿੱਤੀ ਜਾ ਰਹੀ ਆ ਮਾਲਕਾਂ ਦੇ ਨੰਬਰ ਥੱਲੇ ਨੇ ਵਾ ਕੇ ਚਲਾ ਕੇ ਚੈੱਕ ਕਰ ਸਕਦੇ ਹੋ ਸੌਦਾ ਕਰ ਸਕਦੇ ਹੋ ਖਰੀਦ ਸਕਦੇ ਹੋ ਜੀ ਰੰਗ ਵੇਖ ਸਕਦੇ ਹੋ ਪੂਰਾ ਸਾਫ ਤੇ ਸੋਹਣਾ ਰੰਗ ਪਿਆ ਹੋਇਆ ਵਾ 3.5 ਲੱਖ ਰੁਪਏ ਦੇ ਵਿੱਚ ਤੁਹਾਨੂੰ 11 ਮਾਡਲ ਰੇਟ 11 ਮਾਡਲ ਕਹਿ ਰਹੇ ਨੇ ਬਾਕੀ ਘੱਟ ਕੀਮਤ ਦੇ ਵਿੱਚ ਕੀਤਾ ਜਾਊਗਾ ਇੰਜਨ ਕੋਈ ਕੰਮ ਨਹੀਂ ਭਾਲਦਾ ਨਾ ਕੋਈ ਗੇਅਰ ਨਾ ਕੋਈ ਮਗਰਲੇ ਹਿੱਸੇ 'ਚ ਆਵਾਜ਼ ਹੈ ਜੀ ਟਰਾਲੇ ਟਰੂਲੇ ਨਹੀਂ ਚੱਲੇਗਾ ਵਾਹੀ-ਵਾਹੀ ਤੇ ਚੱਲਿਆ ਹੋਇਆ ਹੈ ਜੀ ਬਾਕੀ ਨੰਬਰ ਮਾਲਕਾਂ ਦੇ ਥੱਲੇ ਆ। ਅੱਗੇ ਆ ਜਾਂਦਾ ਜੀ Holland Plus 3630 ਵੇਖ ਸਾਹ ਜੀ ਟਰੈਕਟਰ ਪੂਰਾ ਸਾਫ਼ ਪਿਆ ਹੋਇਆ ਵਾ 2018 ਮਾਡਲ ਆ। 90% ਟਾਇਰ ਨੇ ਮਾਰਕਿਆਂ ਦੇ ਵਿੱਚ ਲੋਕੇਸ਼ਨ ਹੈਗੀ ਆ ਜੀ ਕੈਥਲ ਤੇ ਰੇਟ ਮੌਕੇ ਤੇ ਥੋੜਾ ਬਹੁਤਾ ਘਟ ਵੱਧ ਹੋ ਜਾਊਗਾ ਜੀ। 5 ਲੱਖ 10 ਹਜ਼ਾਰ ਰੁਪਿਆ ਮੰਗਦੇ ਪਏ ਨੇ 18 ਮਾਡਲ ਦਾ। ਬਾਕੀ ਇੱਕ ਵਾਰੀ ਮੇਰਾ ਵੀਰ ਕਨਫਰਮ ਕਰ ਲਿਓ। ਠੀਕ ਹੈ ਨਾ ਆਪਾਂ ਨੂੰ ਦੋ ਵਾਰੀ ਰੇਟ ਲੈ ਕੇ ਆਗੇ ਸੀ 5 ਲੱਖ 10 ਹਜ਼ਾਰ ਆਪ ਦੀ ਵੀਰੇ ਜਾਂਚ ਪੜਤਾਲ ਕਰ ਲਓ ਠੀਕ ਹੈ ਕਾਪੀ ਦੀ ਤੇ ਸਾਰੇ ਡਾਕੂਮੈਂਟਾਂ ਦੀ ਤੇ ਬਾਕੀ 5 ਲੱਖ 10 ਹਜ਼ਾਰ ਰੁਪਇਆ 18 ਮਾਡਲ ਦਾ ਮੈਨੂੰ ਰੇਟ ਲੈ ਕੇ ਆਇਆ ਹੋਇਆ ਸੀਗਾ ਆਪਾਂ ਤੁਹਾਨੂੰ ਦੱਸਤਾ ਜੀ ਇਹਦੂ ਕਾਹ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਤੇ ਇੱਕ ਕਾਫੀ ਵੀਰ ਮੇਰਾ ਵੀਰ ਫੋਨ ਕਰਦੇ ਨੇ ਜਾਂ ਫਿਰ ਮੈਨੂੰ ਵਟਸਐਪ ਤੇ ਮੈਸੇਜ ਕਰਦੇ ਨੇ ਕਿ ਸਾਨੂੰ ਫਲਾਣਾ ਟਰੈਕਟਰ ਚਾਹੀਦਾ ਬਾਈ ਪਹਿਲੀ ਗੱਲ ਤਾਂ ਏ ਆ ਬਈ ਅਸੀਂ ਟਰੈਕਟਰ ਦਮਾਉਂਦੇ ਨਹੀਂਗੇ ਆਪਾਂ ਐਡ ਪਾਉਂਦੇ ਆ ਗੱਲ ਹੀ ਤੇ ਇੱਕ ਜਿਹੜਾ ਬਾਈ ਜੀ ਆਪਣਾ ਮੈਂਬਰਸ਼ਿਪ ਦਾ ਆਪਸ਼ਨ ਹੁੰਦਾ ਠੀਕ ਹੈ ਉਹ ਚ 29 ਰੁਪਏ ਹੋ ਉਹਨੂੰ ਕਲਿੱਕ ਕਰਕੇ ਤੇ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਆਲ ਤੇ ਸੈੱਟ ਜ਼ਰੂਰ ਕਰ ਲਿਓ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਤੁਹਾਨੂੰ ਜਿਹੜਾ ਸਭ ਤੋਂ ਪਹਿਲਾਂ ਪਤਾ ਲੱਗੇ ਤੁਸੀਂ ਸਾਡੀ ਵੀਡੀਓ ਹੈ ਜਿਹੜੀ ਸਭ ਤੋਂ ਪਹਿਲਾਂ ਵੇਖ ਸਕੋ ਤੇ ਅੱਜ ਜਿਹੜਾ ਆਪਾਂ ਟਰੈਕਟਰ ਲੈ ਕੇ ਆ ਚੁੱਕੇ ਹਾਂ ਜੀ ਸਭ ਤੋਂ ਪਹਿਲਾਂ ਆ ਜਾਂਦਾ ਨਿਊ ਹਾਲੈਂਡ ਨਿਊ ਹਾਲੈਂਡ ਟਰੈਕਟਰ ਜਿਹੜਾ ਆ ਜਾਂਦਾ ਜੀ 3630 ਸਪੈਸ਼ਲ ਐਡੀਸ਼ਨ 2020 ਮਾਡਲ ਟਰੈਕਟਰ ਬਹੁਤ ਸੋਹਣਾ ਧੂਰੀ ਏਰੀਏ ਵਿੱਚ ਖੜਾ ਹੋਇਆ ਜੀ 730000 ਰੁਪਿਆ 20 ਮਾਡਲ ਦਾ ਜਿਹੜਾ ਰੇਟ ਮੰਗਿਆ ਜਾ ਰਿਹਾ ਜੀ ਮੌਕੇ ਦੇ ਉੱਤੇ ਘੱਟ ਹੋ ਜੂ ਫੈਬਰ ਹੱਡ ਵਗੈਰਾ ਲੱਗੀ ਹੋਈ ਆ ਮਾਲਕਾਂ ਦੇ ਜੋ ਵੀ ਨੰਬਰ ਨੇ ਸੰਪਰਕ ਦੇ ਉਹ ਆਪਾਂ ਤੁਹਾਨੂੰ ਜਿਹੜੇ ਥੱਲੇ ਦੇ ਰਹੇ ਹਾਂ ਫੋਨ ਕਰਕੇ ਸੌਦਾ ਜਿਹੜਾ ਕਰ ਸਕਦੇ ਹੋ ਤੇ ਅੱਗੇ ਆ ਜਾਂਦਾ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਆ ਜਾਂਦਾ ਜੀ ਟਰੈਕਟਰ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ ਵਾ ਕੰਮ ਕੋਈ ਨਹੀਂ ਭਾਲਦਾ ਕੰਮ ਕੋਈ ਨਹੀਂ ਭਾਲਦਾਗਾ 75 ਪੈਸੇ ਜਿਹੜੇ ਟਰੈਕਟਰ ਦੇ ਟਾਇਰ ਨੇ ਪਏ ਹੋਏ ਹਜੇ ਤੱਕ 16 ਮਾਡਲ ਆ ਟਰੈਕਟਰ 16 ਮਾਡਲ ਟਰੈਕਟਰ ਆ ਬਰਨਾ ਸਮਰਾਲਾ ਏਰੀਏ ਵਿੱਚ ਖੜਾ ਹੋਇਆ ਜੀ ਸਮਰਾਲਾ ਏਰੀਏ ਵਿੱਚ ਖੜਾ ਹੋਇਆ ਵਾ ਲੈਫਟ ਪੰਪ ਇੰਜਨ ਗੇਅਰ ਪੂਰਾ ਆਲੋਕੇ ਆ ਟਾਇਰ ਵਗੈਰਾ ਚੰਗੀ ਹਾਲਤ ਦੇ ਵਿੱਚ ਪਏ ਨੇ 75 ਪੈਸੇ ਟਾਇਰ ਨੇ ਤੇ 5 ਲੱਖ ਰੁਪਇਆ ਟਰੈਕਟਰ ਦਾ ਜਿਹੜਾ ਰੇਟ ਮੰਗਿਆ ਜਾ ਰਿਹਾ ਜੀ 5 ਲੱਖ ਰੁਪਇਆ ਟਰੈਕਟਰ ਦਾ ਰੇਟ ਆ ਜਿਹੜਾ ਮੰਗਿਆ ਜਾ ਰਿਹਾ ਜੀ ਮੌਕੇ ਦੇ ਉੱਪਰ ਜਿਹੜਾ ਰੇਟ ਆ ਉਹਦੇ ਵਿੱਚੋਂ ਘੱਟ ਜ਼ਰੂਰ ਕੀਤਾ ਜਾਵੇਗਾ ਮਾਲਕਾਂ ਦੇ ਜੋ ਵੀ ਸੰਪਰਕ ਦੇ ਨੰਬਰ ਨੇ ਉਹ ਤੁਹਾਨੂੰ ਥੱਲੇ ਦਿੱਤੇ ਜਾ ਰਹੇ ਨੇ ਉਹਨਾਂ ਨੰਬਰਾਂ ਦੇ ਉੱਪਰ ਤੁਸੀਂ ਫੋਨ ਲਾ ਕੇ ਮਾਲਕਾਂ ਦੇ ਨਾਲ ਜੋ ਵੀ ਗੱਲਬਾਤ ਕਰ ਸਕਦੇ ਹੋ ਟਰੈਕਟਰ ਦੇ ਬਾਰੇ ਹੋਰ ਕੋਈ ਵੀ ਡਿਟੇਲ ਲੈਣੀ ਹੋਵੇ ਮਾਲਕਾਂ ਦੇ ਨਾਲ ਗੱਲ ਕਰ ਲਓ ਤੁਹਾਨੂੰ ਸਾਰੀ ਡਿਟੇਲ ਆ ਜਿਹੜੀ ਦੇ ਦਿੱਤੀ ਜਾਵੇਗੀ ਤੇ ਅੱਗੇ ਆ ਜਾਂਦਾ ਜੀ 855 ਸਵਰਾਜ 855 ਸੀਰੀਅਲ ਦੇ ਲਈ ਆ ਚੁੱਕਿਆ ਜੀ ਅੱਗੇ ਟਰੈਕਟਰ ਜਿਹੜਾ ਇਹ 16 ਮਾਡਲ ਹੈ ਜੀ 16 ਮਾਡਲ ਟਰੈਕਟਰ ਆ 70 ਪੈਸੇ ਜਿਹੜੇ ਟਰੈਕਟਰ ਦੇ ਟਾਇਰ ਪਏ ਹੋਏ ਨੇ ਸੰਗਰੂਰ ਏਰੀਆ ਵਿਖੇ ਜਿਹੜਾ ਟਰੈਕਟਰ ਇਹ ਖੜਾ ਹੋਇਆ ਜੀ ਮਾਲਕ ਵੀਰਾਂ ਵੱਲੋਂ ਪੂਰੀ ਟਰੈਕਟਰ ਦੀ ਗਾਰੰਟੀ ਦਿੱਤੀ ਜਾ ਰਹੀ ਆ ਕਹਿੰਦੇ ਪੂਰਾ ਸਾਫ਼ ਪਿਆ ਹੋਇਆ ਕੋਈ ਕੰਮ ਨਹੀਂ ਭਾਲਦਾ ਕਮੀ ਕੋਈ ਨਹੀਂ ਹੈਗੀਗੀ ਜਿਹੜੋ ਮਰਜ਼ੀ ਜਾ ਕੇ ਚੈੱਕ ਕਰਕੇ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਜਿਹੜੋ ਮਰਜ਼ੀ ਜਾ ਕੇ ਸੌਦਾ ਕਰ ਸਕਦੇ ਹੋ ਟਰੈਕਟਰ ਦਾ ਬਹੁਤ ਹੀ ਸੋਹਣਾ ਟਰੈਕਟਰ ਜਿਹੜਾ ਪਿਆ ਹੋਇਆ ਜੀ 510000 ਰੁਪਇਆ ਜਿਹੜਾ ਟਰੈਕਟਰ ਦਾ ਰੇਟ ਮੰਗਿਆ ਜਾ ਰਿਹਾ ਮੌਕੇ ਦੇ ਉੱਤੇ ਘੱਟ ਹੋ ਜਾਊਗਾ 510000 ਰੁਪਇਆ ਟਰੈਕਟਰ ਦਾ ਰੇਟ ਜਿਹੜਾ ਮੰਗਿਆ ਜਾ ਰਿਹਾ ਜੀ ਸੰਗਰੂਰ ਏਰੀਆ ਵਿਖੇ ਜਿਹੜਾ ਟਰੈਕਟਰ ਖੜਾ ਹੋਇਆ ਹੈ ਤੇ ਰੇਟ ਇਹਦੇ ਵਿੱਚੋਂ ਘੱਟ ਜਿਹੜਾ ਕੀਤਾ ਜਾਵੇਗਾ ਰੇਟ ਲੈਸ ਕੀਤਾ ਜਾ ਸਕਦਾ ਜੀ ਮਾਲਕਾਂ ਨੇ ਨੰਬਰ ਥੱਲੇ ਨੇ ਫੋਨ ਤੁਸੀਂ ਕਰ ਸਕਦੇ ਹੋ ਮਾਲਕਾਂ ਦੇ ਨਾਲ ਹੋਰ ਕੋਈ ਵੀ ਗੱਲ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਜੀ ਪੂਰੀ ਗਾਰੰਟੀ ਆ ਕੋਈ ਕੰਮ ਨਹੀਂ ਭਾਲਦਾ ਟਰੈਕਟਰ ਅੱਗੇ ਆ ਜਾਂਦਾ ਜੀ HMT 5911 HMT 5911 ਟਰੈਕਟਰ ਹੈ ਜੀ ਵੇਖ ਸਕਦੇ ਹੋ ਚੰਗੀ ਹਾਲਤ ਦੇ ਵਿੱਚ ਪਿਆ ਹੋਇਆ 2001 ਮਾਡਲ ਟਰੈਕਟਰ 2001 ਮਾਡਲ ਦਾ ਟਰੈਕਟਰ ਪੂਰਾ ਸਾਫ਼ ਆ ਚੰਗੀ ਹਾਲਤ ਦੇ ਵਿੱਚ ਆ ਬਰਨਾਲਾ ਏਰੀਆ ਵਿੱਚ ਖੜਾ ਹੋਇਆ 3,60,000 ਰੁਪਿਆ ਰੇਟ ਆ ਤੇ ਮੇਰਾ ਵੀਰ ਜਿਹਨੇ ਲੈਣਾ ਹੋਵੇ ਫੋਨ ਕਰ ਸਕਦਾ ਤੇ ਜਿਨ੍ਹਾਂ ਨੂੰ ਰੇਟ ਵੱਧ ਲੱਗਦਾ ਹੋਵੇ ਉਹ ਨਾ ਫੋਨ ਕਰੋ ਨਾ ਟਰੈਕਟਰ ਵੇਖੋ ਠੀਕ ਹੈ ਜੀ ਕਾਲਮ ਲਾ ਕੇ ਮੈਂ ਇਹੀ ਕਹਿਣਾ ਚਾਹੁੰਨਾ ਬਾਚੂ ਕਾਹੀ ਵੀਰ ਗੁੱਸਾ ਵੀ ਕਰ ਜਾਂਦੇ ਵੀ ਐਂ ਬੋਲਦੇ ਆ ਕਿਉਂਕਿ ਬਾਈ ਕਈਆਂ ਦੇ ਵਿੱਚ ਲੈਣੀ ਲੈਣਾ ਹੁੰਦਾ ਨਹੀਂਗਾ ਐਵੇਂ ਫਾਲਤੂ ਦੀ ਪਕਾਈ ਨਾਲੇ ਤਾਂ ਸਾਡੀ ਕਰਾਉਂਦੇ ਆ ਨਾਲੇ ਟਰੈਕਟਰ ਵਾਲੇ ਦੀ ਕਰਾਉਂਦੇ ਆ ਕੋਈ ਮਾਰਕੀਟ ਦਾ ਨਹੀਂ ਕਿਸੇ ਨੂੰ ਪਤਾ ਹੁੰਦਾ ਕਿ ਕਿੰਨੀ ਵਾਰੀ ਉਹੀ ਆਦੀਆਂ ਛੱਡੀ ਜਾਂਦੇ ਰਹਿੰਦੇ ਆ ਇੱਕ ਮਾਡਲ 2 ਲੱਖ ਦਾ ਇੱਕ ਮਾਡਲ 2 ਲੱਖ ਦਾ ਤਿੰਨ ਮਾਡਲ 2.5 ਲੱਖ ਦਾ ਜੀ ਇੰਨੇ ਦਾ ਮਿਲਦਾ ਇੰਨੇ ਦਾ ਮਿਲਦਾ ਤੇ ਮੇਰਾ ਵੀਰ ਜਿੱਥੋਂ ਸਨੂਰ ਰੇਟ ਦਾ ਮਿਲਦਾ ਹੁੰਦਾ ਉੱਥੋਂ ਤੁਸੀਂ ਜਾ ਕੇ ਲੈ ਲਿਆ ਕਰੋ ਠੀਕ ਹੈ ਚੈਨਲ ਦੇ ਆ ਕੇ ਆਦੇ ਸੁਝਾਅ ਜਿਹੜੇ ਦੇਣ ਵਾਲੇ ਹੁੰਦੇ ਆ ਉਹ ਦਿਆ ਕਰੋ ਜਿਹੜੇ ਚੱਜ ਦੇ ਹੁੰਦੇ ਆ ਹਾਂ ਵੀ ਵੀਡੀਓ ਵਿੱਚ ਕੀ ਕਮੀ ਆ ਕਿੱਥੇ ਘਾਟ ਰਹੇਗੀ ਉਹ ਦੇ ਸਕ ਉਹ ਦਿਆ ਕਰੋ ਕੋਈ ਫਾਲਤੂ ਦੀ ਜਿਵੇਂ ਆਪਾਂ ਕਹਿ ਰਹੇ ਨੇ ਚੌਧਰਗਿਰੀ ਜਿਹੜੀ ਕਰਨ ਵਾਲੀ ਹੁੰਦੀ ਆ ਉਹ ਬਾਈ ਘਰੇ ਕਰਿਆ ਕਰੋ ਆਪਦੇ ਇੱਥੇ ਆ ਕੇ ਬੇਨਤੀ ਆ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਠੀਕ ਹੈ ਤੇ ਉਹ ਆਦੀ ਪਕਾਈ ਜਿਹੜੀ ਹੋਰ ਕਿਤੇ ਕਰਿਆ ਕਰੋ ਉਹਨਾਂ ਵੀਰਾਂ ਲਈ ਕਹਿਨੇ ਆ ਜਿਹੜੇ ਵੀਰੇ ਪਕਾਈ ਕਰਦੇ ਆ हां ਜਿਹੜੇ ਆਪਣੇ ਚੰਗੇ ਵੀਰ ਨੇ ਲਾਈਕ ਕਰਦੇ ਨੇ ਵੀਡੀਓ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਠੀਕ ਹੈ ਨਾ ਤੇ ਜਿਹੜੇ ਆਪਣੇ ਹਰ ਰੋਜ਼ ਵੀਡੀਓ ਵੇਂਦੇ ਨੇ ਜਾਂ ਚਲੋ ਨਵੇਂ ਵੀ ਆਏ ਨੇ ਤੇ ਚੰਗੇ ਕਮੈਂਟ ਕਰਦੇ ਨੇ ਚੰਗੇ ਬਾਈ ਨੇ ਉਹਨਾਂ ਦਾ ਆਪਣਾ ਯਾਨੀ ਕਿ ਕੋਈ ਗਲਵਾ ਛਕਵਾਣੀਆਂਗਾ ਇਹ ਚੀਜ਼ ਦਾ ਉਹਨਾਂ ਲਈ ਹਰ ਰੋਜ਼ ਜੋ ਕੁਝ ਵੀ ਤੁਸੀਂ ਕਰਨਾ ਚਾਹੁੰਦੇ ਹੋ ਟਰੈਕਟਰ ਤੋਂ ਕੋਈ ਵੀ ਚੀਜ਼ ਟਰੈਕਟਰ ਖਰੀਦਣਾ ਟਰਾਲੀ ਖਰੀਦਣੀ ਆਪਣੇ ਨੂੰ ਤੁਸੀਂ ਗੱਲ ਵੀ ਕਰ ਸਕਦੇ ਹੋ ਉਹ ਚੀਜ਼ ਬਾਰੇ ਤੇ ਅੱਗੇ ਜਿਹੜਾ ਟਰੈਕਟਰ ਆਉਂਦਾ ਉਹ ਹੈਗਾ ਸੋਨਾਲੀਕਾ 750 ट्रिपल आई ट्रिपल आई ट्रैक्टर ਆ ਜੀ ਤੇ ਵੇਖ ਸਾਡਾ ਬਹੁਤ ਸੋਹਣਾ ਟਰੈਕਟਰ ਪਿਆ ਹੋਇਆ 18 ਮਾਡਲ ਆ ਤੇ 16 ਦੇ ਟਾਇਰ ਨੇ ਨਾਲ ਦੇ 75 ਪੈਸੇ ਪਏ ਹੋਏ ਆ ਸੈਕੰਡ ਓਨਰ ਆ ਜੀ ਪੀ ਵੀ 52 ਨੰਬਰ ਆ ਬਠਿੰਡਾ ਏਰੀਆ ਵਿੱਚ ਇਹ ਟਰੈਕਟਰ ਖੜਾ ਹੋਇਆ 1500 ਘੰਟੇ ਚੱਲਿਆ 1500 ਘੰਟੇ ਚੱਲਿਆ ਤੇ 5,70,000 ਰੁਪਇਆ ਰੇਟ ਆ 570000 ਰੇਟ ਆ ਬਾਕੀ ਮੌਕੇ ਦੇ ਉੱਤੇ ਜਿਹੜਾ ਘੱਟ ਰੇਟ ਦੇ ਵਿੱਚੋਂ ਜ਼ਰੂਰ ਕੀਤਾ ਜਾਵੇਗਾ ਮਾਲਕਾਂ ਨੇ ਨੰਬਰ ਨੇ ਜਿਹੜੇ ਉਹ ਤੁਹਾਡੇ ਨਾਲ ਥੱਲੇ ਸੰਪਰਕ ਦੇ ਵਿੱਚ ਜਿਹੜੇ ਸਾਂਝੇ ਕੀਤੇ ਜਾ ਰਹੇ ਨੇ ਉੱਥੇ ਤੁਸੀਂ ਸਾਰੀ ਗੱਲਬਾਤ ਜਿਹੜੀ ਕਰ ਸਕਦੇ ਹੋ ਉੱਥੇ ਤੁਸੀਂ ਸਾਰੀ ਗੱਲਬਾਤ ਜਿਹੜੀ ਕਰ ਸਕਦੇ ਹੋ ਮਾਲਕਾਂ ਦੇ ਨੰਬਰ ਨੇ ਜਿਹੜੇ ਉਹ ਥੱਲੇ ਦਿੱਤੇ ਜਾ ਰਹੇ ਨੇ ਜੀ